ਗਿੱਲ ਕਿੱਧਰ ਆਉਂਦਾ? ਕਿਵੇਂ ਆ ਗਿੱਲ? ਠੀਕ ਆ? ਵਧੀਆ ਵਧੀਆ ਬਾਬੇ, ਤੂੰ ਦੱਸ ਕਿੱਧਰ ਨੂੰ ਚੱਲਿਆ? ਮੈਂ ਤਾਂ ਗੁਰਦੁਆਰਾ ਸਾਹਿਬ ਹੀ ਆਇਆ ਸੀਗਾ ਆਪਣੇ ਅਨਾਉਂਸਮੈਂਟ ਕਰਾਉਣ। ਕਾਹਦੀ? ਉਹ ਪਿੰਡ ਚੌਲਾਂ ਦਾ ਕੜਾਹਾ ਕਰਿਆ ਸੀਗਾ ਯਾਰ, ਮੀਂਹ ਨੀ ਪੈਂਦਾ, ਮੀਂਹ ਪੈ ਜੇ ਵੀ ਫਸਲ ਸਾਰੀ ਖਰਾਬ ਹੋ ਜਾਂਦੀ ਹੈ ਯਾਰ ਮੀਂਹ ਤੋਂ ਬਿਨਾ। ਅੱਛਾ 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 ਅੱਛਾ, ਚੱਲ ਠੀਕ ਆ ਬਾਬੇ ਫਿਰ। ਚੰਗਾ 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 ਬਾਈ, ਓਕੇ ਓਕੇ। ਰੱਬ ਖੁਸ਼ੀ ਹੋ ਜੇ, ਮੀਂਹ ਪਾ ਦੇਵੇ ਯਾਰ, ਤਾਂ ਕਰਕੇ ਸਵੀਲ ਲਾਈ ਅੱਜ। ਹਾਂ ਹਾਂ ਚੱਲ ਠੀਕ ਆ, ਇਹ ਵੀ ਵਧੀਆ ਉਪਰਾਲਾ। ਚੱਲ ਠੀਕ ਆ ਫਿਰ, ਮਿਲਦੇ ਆ। ਠੀਕ ਆ ਠੀਕ ਆ ਬਾਬੇ। ਹਾਂਜੀ ਬਾਪੂ ਜੀ, ਮੈਂ ਐ ਕਹੀ ਜਾਂਦਾ ਵੀ ਦਰਖਤ ਜਾਂ ਪੱਟਦੀ ਆ ਯਾਰ, ਡਿੱਕਾ ਲੱਗੀ ਜਾਂਦਾ ਟਰੈਕਟਰ ਲੰਘਾਉਣ ਵੇਲੇ। ਡੱਕਦੀ ਫੱਟੇ ਫਿਰ ਹੋਰ ਹੋ ਜਾ ਕਾਇਮ ਫਿਰ। ਉਹ ਗਿੱਲ ਆ ਕੀ ਕਰੀ ਜਾਂਦੇ ਹੋ? ਆ ਜਾ ਆ ਜਾ। ਕਾਹਨੂੰ ਯਾਰ, ਇਹ ਦਰਖਤ ਜਾਂ ਡਿੱਕਾ ਬਣਦਾ ਸੀ ਵਿੱਚ, ਮੈਂ ਸੋਚਿਆ ਵੀ ਪੱਟ ਕੇ ਬਰਾ ਮਾਰੀਏ ਇਹਨੂੰ ਯਾਰ। ਹਾਂ ਪਹਿਲਾਂ ਦੋ ਮੋਟਰ ਤੋਂ ਪੱਟ ਗਏ ਦਰਖਤ, ਉਹ ਵੀ ਡਿੱਕਾ ਬਣਦੇ ਸੀਗੇ, ਮਾਂ ਨਵੇੜੀਏ ਕੰਮ ਇਹਨਾਂ ਦਾ ਬਰਾ ਯਾਰ। ਮੀਂਹ ਯਾਰ ਮੀਂਹ ਕਿੱਥੇ ਪਿਆ ਤੈਨੂੰ ਪਤਾ ਹੀ ਆ, ਮੈਨੂੰ ਤਾਂ ਲੱਗਦਾ ਰੱਬ ਹੀ ਰੁੱਸਿਆ ਪਿਆ ਸਾਡਾ ਤਾਂ। ਹੋਰ ਉਹ ਗੱਲ ਸੁਣ ਕੇ ਲੱਸਿਆ, ਨਾ ਤਾਂ ਚੌਲਾਂ ਨੇ ਮੀਂਹ ਪਵਾਉਣਾ, ਨਾ ਸਵੀਲਾਂ ਨੇ ਮੀਂਹ ਪਵਾਉਣਾ। ਜਿਹੜੇ ਦਰਖਤਾਂ ਨੇ, ਹਰਿਆਵਲੇ ਦਰਖਤਾਂ ਨੇ ਮੀਂਹ ਪਵਾਉਣਾ, ਉਹਨਾਂ ਨੂੰ ਵੱਢੀ ਜਾਂਦੇ ਹੋ। ਐ ਨਹੀਂ ਮੀਂਹ ਪੈਂਦੇ, ਦਰਖਤ ਲਾਓ ਵੱਧ ਤੋਂ ਵੱਧ ਫਿਰ ਮੀਂਹ ਪੈਣਗੇ। ਗੱਲ ਤਾਂ ਯਾਰ ਬਾਬਾ ਸਹੀ ਕਹਿ ਗਿਆ, ਆਪੋ ਦੀ ਭੁੱਲਾਂ ਗਲਤੀਆਂ ਹੁੰਦੀਆਂ ਨੇ, ਮਾਫ਼ ਕਰੀ ਰੱਬਾ, ਦਰਖਤ ਪੱਟ ਕੇ ਬਹੁਤ ਵੱਡਾ ਪਾਪ ਕਰਿਆ। ਉਹ ਰੁਕੇ ਰੁਕੇ ਬਾਬਾ, ਰੁਕੇ ਰੁਕੇ, ਕਿਉਂ ਕੀ ਹੋ ਗਿਆ? ਗੱਲ ਤਾਂ ਬਾਬੇ ਤੇਰੀ ਜਮਾਂ ਸਹੀ ਹੈ ਯਾਰ। ਉਹ ਸਹੀ ਗੱਲ ਤਾਂ ਹੈ, ਤੁਸੀਂ ਸਾਰੇ ਇਨਸਾਨ ਲਾਲਚ ਬਸ ਹੋ ਗਏ ਨਾ। ਜਿਹੜੇ ਹਰਿਆਵਲ ਦਰਖਤ ਆ, ਜਿਨ੍ਹਾਂ ਨੇ ਮੀਂਹ ਪਵਾਉਣਾ ਉਹਨਾਂ ਨੂੰ ਕੱਟੀ ਜਾਂਦੇ ਆ, ਸਵੀਲਾਂ ਨੇ ਚੌਲਾਂ ਨੇ ਮੀਂਹ ਨਹੀਂ ਪਵਾਉਣਾ। ਵੱਧ ਤੋਂ ਵੱਧ ਦਰਖਤ ਲਾਓ, ਇਹ ਮੀਂਹ ਪਵਾਉਣਗੇ, ਕਿਉਂਕਿ ਮਹਾਰਾਜ ਕਹਿੰਦੇ ਬਲਿਹਾਰੀ ਕੁਦਰਤ ਵਸੇ ਆ, ਕੁਦਰਤ ਦੇ ਨਾਲ ਪਿਆਰ ਕਰੋ, ਇਹਦੇ ਇਹਦੇ ਕਰਕੇ ਆ ਸਾਰਾ। ਕਿਉਂ ਗੱਲ ਅੱਜ ਮੈਨੂੰ ਲੱਗਦਾ ਫਿਰ ਦਰਖਤ ਪੱਟਤਾ ਇੱਕ ਤੂੰ? ਉਹ ਨਹੀਂ ਨਹੀਂ ਬਾਬੇ, ਤੈਨੂੰ ਭੁਲੇਖਾ ਪੈ ਗਿਆ। ਓਦਾਂ ਨੇ ਗੱਲਾਂ ਤੇਰੇ ਕਰੀਆਂ ਅਸਰ ਕਰ ਗਿਆ ਮੈਨੂੰ। ਅੱਜ ਮੈਂ ਦਰਖਤ ਪੱਟ ਨਹੀਂ ਰਿਹਾ, ਅੱਜ ਮੈਂ ਦਰਖਤ ਲਾ ਰਿਹਾ। ਤੁਹਾਨੂੰ ਚੰਗੀ ਲੱਗੀ, ਜੇ ਸਾਡਾ ਸੁਨੇਹਾ ਚੰਗਾ ਲੱਗੇ ਤਾਂ ਵੱਧ ਤੋਂ ਵੱਧ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ, ਤੇ ਇੱਕ ਹੋਰ ਗੱਲ, ਵੱਧ ਤੋਂ ਵੱਧ ਦਰਖਤ ਲਾਓ ਜੀ। ਧੰਨਵਾਦ।